ਬਾਲੀਵੁੱਡ ਇੰਡਸਟਰੀ 'ਚ ਰਣਵੀਰ ਸਿੰਘ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ। ਫਿਲਮ ਬਾਜੀਰਾਓ ਮਸਤਾਨੀ 'ਚ ਬਾਜੀਰਾਓ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਹੁਣ ਫਿਲਮ ਪਦਮਾਵਤੀ 'ਚ ਅਲਾਉਦੀਨ ਖਿਲਜੀ ਦੇ ਕਿਰਦਾਰ ਨੂੰ ਲੈ ਕੇ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਇਸ ਦੇ ਨਾਲ ਹੀ ਸਿੰਘ ਇਜ਼ ਕਿੰਗ ਦੇ ਸੀਕੁਅਲ 'ਚ ਉਹਨਾਂ ਨੂੰ ਅਕਸ਼ੇ ਕੁਮਾਰ ਨਾਲ ਤਬਦੀਲ ਕਰ ਦਿੱਤਾ ਹੈ। ਖਬਰ ਮੁਤਾਬਿਕ ਪ੍ਰੋਡਿਊਸਰ ਸ਼ੈਲਿੰਦਰ ਸਿੰਘ ਇਸ ਫਿਲਮ ਦਾ ਸੀਕੁਅਲ ਬਣਾਉਣਗੇ ਤੇ ਇਸ ਫਿਲਮ ਦਾ ਨਾਂ ਹੋਵੇਗਾ ਸ਼ੇਰ ਸਿੰਘ। ਫਿਲਮ 'ਚ ਹੀਰੋਇਨ ਕੌਣ ਹੋਵੇਗੀ ਇਸਦਾ ਵੀ ਹਜੇ ਖੁਲਾਸਾ ਨਹੀਂ ਹੋ ਸਕਿਆ। ਹਰ ਖਬਰ ਲਈ ਵਿਜ਼ਿਟ ਕਰਦੇ ਰਹੋ ਪੰਜਾਬੀ ਬੋਲੀਵੁੱਡ .com ਤੇ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ।